ਉੱਥੇ ਦੇ ਬੱਚੇ ਬਹੁਤ ਛਾਨੇ ਹੋਏ ਨੇ, ਵਾਰ ਵਾਰ ਕੋਸ਼ਿਸ਼ ਕਰ ਰਹੇ ਹਾਂ ਫੋਨ ਕਰਨ ਦੀ ਪਰ ਫੋਨ ਨਹੀਂ ਲੱਗ ਰਹੇ ਨੇ। ਇਸ ਕਾਰਨ ਸਾਨੂੰ ਸਰਕਾਰ ਅੱਗੇ ਇਹੀ ਬੇਨਤੀ ਹੈ ਵੀ ਜਲਦੀ ਤੋਂ ਜਲਦੀ। ਕੀ ਹਾਲਾਤ ਕੀ ਦੱਸੇ ਉਹਨਾਂ ਨੇ ਉੱਥੋਂ ਦੇ? ਉਹ ਕਹਿੰਦਾ ਮੰਮੀ ਮੈਂ ਪੈਦਲ ਹੀ ਚੱਲਦਾ ਹਾਂ, ਮੇਰੀ ਪੂਰੀ ਹਾਲਤ ਹੈ ਲੈ, ਮੈਂ ਕੁਛ ਲਵਾਉਣਾ ਨਹੀਂ ਹੈ। ਇਸ ਵੇਲੇ ਕਿੱਥੇ ਆ? ਬਾਰਡਰ ਪਰ ਹੈ ਪੋਲੈਂਡ। ਨਮਸਕਾਰ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀ ਵੀ, ਮੈਂ ਹਾਂ ਜੀ ਰਕੇਸ਼ ਸ਼ਰਮਾ। ਯੂਕਰੇਨ 'ਤੇ ਹੋਏ ਹਮਲੇ ਤੋਂ ਬਾਅਦ ਜਿੱਥੇ ਯੂਕਰੇਨ ਦੇ ਲੋਕ ਇਸ ਵੇਲੇ ਬੇਹੱਦ ਤ੍ਰਾਸਦੀ ਦਾ ਸਾਹਮਣਾ ਕਰ ਰਹੇ ਨੇ, ਉੱਥੇ ਜੇ ਗੱਲ ਕੀਤੀ ਜਾਵੇ ਤਾਂ ਹਿੰਦੁਸਤਾਨ ਦੇ ਜੋ 22,000 ਦੇ ਕਰੀਬ ਜੋ ਨੌਜਵਾਨ ਜਾਂ ਫਿਰ ਯੁਵਤੀਆਂ ਨੇ ਜੋ ਕਿ ਉੱਥੇ ਸੰਘਰਸ਼ ਕਰ ਰਹੀਆਂ ਨੇ, ਇਸ ਵੇਲੇ ਜੋ ਹਾਲਾਤ ਯੂਕਰੇਨ ਦੇ ਲਗਾਤਾਰ ਦੱਸੇ ਜਾ ਰਹੇ ਨੇ ਉਸ ਦੇ ਚਲਦੇ ਹਿੰਦੁਸਤਾਨ ਦੇ ਲੋਕਾਂ ਦੀਆਂ ਜੋ ਚਿੰਤਾਵਾਂ ਨੇ ਉਹ ਵੱਧ ਰਹੀਆਂ ਨੇ, ਜੋ ਬੱਚਿਆਂ ਦੇ ਪਰਿਜਨ ਨੇ ਉਹਨਾਂ ਦੀ ਚਿੰਤਾਵਾਂ ਵੱਧ ਰਹੀਆਂ ਨੇ, ਬਹੁਤ ਸਾਰੀਆਂ ਜੋ ਵੀਡੀਓ ਵਾਇਰਲ ਹੋ ਰਹੀਆਂ ਉਸ ਦੇ ਚਲਦੇ ਜੋ ਬੱਚਿਆਂ ਦੇ ਮਾਪੇ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਜੋ ਲਗਾਤਾਰ ਵੱਧਦੀਆਂ ਜਾ ਰਹੀਆਂ। ਇਵੇਂ ਦਾ ਇੱਕ ਮਾਮਲਾ ਅੱਜ ਸਾਹਮਣੇ ਆਇਆ ਹੈ ਕਿ ਸਰਹੱਦੀ ਕਸਬਾ ਸਰੋਟਾ ਵਿਖੇ ਜੋ ਕਿ ਬਮਿਆਲ ਸੈਕਟਰ ਦੇ ਅਧੀਨ ਆਉਂਦਾ, ਅੱਜ ਪਹੁੰਚੇ ਹਾਂ। ਇਹਨਾਂ ਦਾ ਇੱਕ ਬੱਚਾ ਜੋ ਕਿ 2021 'ਚ ਹੀ ਯੂਕਰੇਨ ਗਿਆ ਸੀ ਸਟੱਡੀ ਵੀਜ਼ੇ ਲਈ, ਔਰ ਅੱਜ ਉਹਨਾਂ ਦਾ ਪਰਿਵਾਰ ਬੇਹੱਦ ਚਿੰਤਿਤ ਹੈ। ਦੱਸਿਆ ਜਾ ਰਿਹਾ ਕਿ ਉਹ ਬੱਚਾ ਜੋ ਹੈ ਉਹ ਪੈਦਲ ਹੀ ਪੋਲੈਂਡ ਦੇ ਬਾਰਡਰ 'ਤੇ ਪਹੁੰਚ ਚੁੱਕੇ ਆ, ਲੇਕਿਨ ਹਾਲੇ ਤੱਕ ਉਹਨਾਂ ਨੂੰ ਜੋ ਬਾਰਡਰ ਹੈ ਉਹ ਕ੍ਰਾਸ ਨਹੀਂ ਕਰਨ ਦਿੱਤਾ ਗਿਆ। ਸੋ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦੇ ਹਾਲਾਤ ਨੇ ਔਰ ਬੱਚੇ ਦਾ ਮਨੋਬਲ ਕਿਵੇਂ ਦਾ। ਹਾਂਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਲਾਲ ਸਿੰਘ ਹੈ ਜੀ, ਮੈਂ ਗਾਉਂ ਸਰੋਟੇ ਦਾ ਰਹਿਣ ਵਾਲਾ। ਮੇਰੇ ਬੱਚੇ ਨੂੰ 7 ਤਰੀਕ ਫਲੈਟ ਸੀ ਆਪਣੇ ਦਿੱਲੀ ਤੋਂ, ਅਤੇ ਉਹ ਸਟੱਡੀ ਵੀਜ਼ੇ 'ਤੇ ਗਿਆ ਸੀ, ਉਹਦਾ 2 ਦਿਨ ਹੋਇਆ ਉਹਨੂੰ ਪੈਦਲ ਚਲੇ ਗਏ। ਕੀ ਨਾਮ ਕੀ ਹੈ ਬੱਚੇ? ਲਾਭ ਸਿੰਘ ਨਾਮ ਆ ਉਹਦਾ। ਕਿੰਨੀ ਉਮਰ ਹੈ ਉਹਦੀ? 21 ਸਾਲ ਲੱਗਿਆ ਜੀ। ਇਹ ਕੀ ਕਰਨ ਲਈ ਗਿਆ ਉੱਥੇ? ਉਹ ਸਟੱਡੀ ਵੀਜ਼ੇ 'ਤੇ, ਪੜ੍ਹਾਈ ਦੇ ਬੇਸ 'ਤੇ ਗਿਆ ਜੀ। ਅਤੇ ਤੁਹਾਡੀ ਲਾਸਟ ਟਾਈਮ ਕਿਸ ਲਈ ਗੱਲ ਹੋਈ ਉਹਦੇ ਨਾਲ? ਸਾਡੀ ਕੱਲ੍ਹ ਹੀ ਗੱਲ ਹੋਈ ਸੀ ਲਾਸਟ ਟਾਈਮ, ਵੀ ਡੈਡੀ ਮੈਂ ਪੋਲੈਂਡ ਦੇ ਬਾਰਡਰ 'ਤੇ ਹਾਂ, ਅਜੇ ਲੈਣ 'ਤੇ ਲੱਗੇ ਹਾਂ, ਪਤਾ ਨਹੀਂ ਹੁਣ ਅੱਗੇ ਜਾਣ ਦਿੰਦੇ ਆ ਕਿ ਨਹੀਂ ਜਾਣ ਦਿੰਦੇ ਆ। ਤੁਹਾਨੂੰ ਗੱਲਬਾਤ ਤੋਂ ਕੀ ਲੱਗਿਆ, ਬੱਚਿਆਂ ਦਾ ਮਨੋਬਲ ਇਸ ਵੇਲੇ ਕਿਵੇਂ ਦਾ, ਕਿਵੇਂ ਦੀ ਸਥਿਤੀ ਦੱਸੀ ਜਾ ਰਹੀ ਹੈ ਉੱਥੋਂ ਦੀ? ਉੱਥੇ ਦੇ ਬੱਚੇ ਬਹੁਤ ਛਾਨੇ ਹੋਏ ਨੇ, ਵਾਰ ਵਾਰ ਕੋਸ਼ਿਸ਼ ਕਰ ਰਹੇ ਹਾਂ ਫੋਨ ਕਰਨ ਦੀ ਪਰ ਫੋਨ ਨਹੀਂ ਲੱਗ ਰਹੇ ਨੇ। ਇਸ ਕਾਰਨ ਸਾਨੂੰ ਸਰਕਾਰ ਅੱਗੇ ਇਹੀ ਬੇਨਤੀ ਹੈ ਵੀ ਜਲਦੀ ਤੋਂ ਜਲਦੀ। ਤੁਹਾਨੂੰ ਹਾਲੇ ਤੱਕ ਪੰਜਾਬ ਸਰਕਾਰ ਜਾਂ ਆਪਣੇ ਜੋ ਭਾਰਤ ਸਰਕਾਰ ਵੱਲੋਂ ਕੋਈ ਕੋਸ਼ਿਸ਼ ਕੀਤੀ ਕਿ ਤੁਹਾਡੇ ਨਾਲ ਕੰਟੈਕਟ ਕਰਨ ਦੀ, ਕਿ ਤੁਹਾਡਾ ਬੱਚਾ ਉੱਥੇ? ਨਹੀਂ ਜੀ, ਕੋਈ ਕੋਸ਼ਿਸ਼ ਨਹੀਂ ਕੀਤੀ। ਤੁਸੀਂ ਕੋਈ ਐਫਰਟ ਕੀਤਾ ਹੁਣ ਤੱਕ ਪ੍ਰਸ਼ਾਸਨ ਤੱਕ ਕਾਰਵਾਈ ਕਰਨ ਦੀ? ਅਸੀਂ ਕੋਈ ਕਾਰਵਾਈ ਨਹੀਂ ਹੋਈ ਜੀ। ਕੀ ਮੰਗ ਕੀ ਕਰਦੇ ਹੋ ਇਸ ਵੇਲੇ? ਅਸੀਂ ਇੱਕੋ ਮੰਗ ਕਰਦੇ ਹਾਂ ਵੀ ਜਿੰਨੇ ਵੀ ਬੱਚੇ ਹਨ ਪੰਜਾਬ ਦੇ ਜਾਂ ਜਿੱਥੇ ਦੇ ਵੀ ਹਨ, ਉਹਨਾਂ ਨੂੰ ਸਹੀ ਸਲਾਮਤ ਇੰਡੀਆ ਪਹੁੰਚਾਇਆ ਜਾਏ। ਸੋ 21 ਸਾਲ ਦਾ ਨੌਜਵਾਨ ਹੈ ਜੋ ਕਿ ਪਰਿਵਾਰ ਵੱਲੋਂ ਇਸ ਵੇਲੇ ਵਿਛੜ ਕੇ ਯੂਕਰੇਨ ਵਿੱਚ ਬੈਠੇ ਆ, ਔਰ ਮਾਂ ਪਿਓ ਦੇ ਜੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬੇਹੱਦ ਜੋ ਪਰਿਜਨ ਨੇ ਚਿੰਤਿਤ ਨੇ, ਜੋ ਯੂਕਰੇਨ ਤੋਂ ਲਗਾਤਾਰ ਖਬਰਾਂ ਆਉਂਦੀਆਂ ਨੇ। ਇਹਨਾਂ ਦਾ ਕਹਿਣਾ ਹੈ ਕਿ ਜੋ ਬੱਚਾ ਹੈ ਉਹ ਇਸ ਵੇਲੇ ਪੋਲੈਂਡ ਦੇ ਬਾਰਡਰ 'ਤੇ ਪੈਦਲ ਹੀ ਪਹੁੰਚੇ ਨੇ, ਔਰ ਇਸ ਵੇਲੇ ਮੋਬਾਈਲ ਵਗੈਰਾ ਡੈਡ ਹੋਣ ਦਾ ਵੀ ਸਮਾਚਾਰ ਹੈ। ਹਾਂਜੀ, ਇਹ ਕਿਸ ਲਈ ਗੱਲ ਹੋਈ ਤੁਹਾਡੀ ਜੀ ਬੱਚੇ ਨਾਲ? ਸਾਡੀ ਕੱਲ੍ਹ ਸ਼ਾਮ 6:30 ਵਜੇ ਹੋਈ। ਕੀ ਹਾਲਾਤ ਕੀ ਦੱਸੇ ਉਹਨਾਂ ਨੇ ਉੱਥੋਂ ਦੇ? ਉਹ ਕਹਿੰਦਾ ਮੰਮੀ ਮੈਂ ਪੈਦਲ ਹੀ ਚੱਲਦਾ ਹਾਂ, ਮੇਰੀ ਪੂਰੀ ਹਾਲਤ ਹੈ ਲੈ, ਅਤੇ ਮੈਂ ਕੁਛ ਲਵਾਉਣਾ ਨਹੀਂ ਹੈ। ਇਸ ਵੇਲੇ ਕਿੱਥੇ ਆ? ਬਾਰਡਰ ਪਰ ਹੈ ਪੋਲੈਂਡ ਦੇ। ਅਤੇ ਕੀ ਮੰਗ ਕੀ ਕਰਦੇ ਹੋ ਤੁਸੀਂ? ਕੀ ਕਹਿਣਾ ਚਾਹੁੰਦੇ ਹੋ ਕੇਂਦਰ ਸਰਕਾਰ ਨੂੰ, ਜੋ ਲੰਬੇ ਸਮੇਂ ਤੋਂ ਹਾਲੇ ਤੱਕ ਉਹ ਬੱਚੇ ਪਹੁੰਚੇ ਨਹੀਂ? ਇਹ ਵੀ ਕਹਿੰਦੇ ਸਰਕਾਰ ਹੀ ਵੀ ਸਾਡਾ ਮੁੰਡਾ ਜਿਹੜਾ ਜਲਦੀ ਜਲਦੀ ਆਪਣੇ ਸੰਦੇਸ਼ 'ਚ ਪਹੁੰਚਾਇਆ ਜਾਏ। ਸੋ ਇਹ ਪਰਿਵਾਰ ਦੀ ਚਿੰਤਾ ਹੈ, ਔਰ ਲਗਾਤਾਰ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਜੋ ਬੱਚੇ ਨੇ ਉਹ ਸੁਰੱਖਿਅਤ ਭਾਰਤ ਦੇਸ਼ ਵਾਪਸ ਪਹੁੰਚਾਏ ਜਾਣ, ਔਰ ਜਲਦੀ ਹੀ ਜੋ ਯੂਕਰੇਨ ਦਾ ਯੁੱਧ ਹੈ ਉਹ ਸ਼ਾਂਤ ਹੋ ਜਾਵੇ, ਅਤੇ ਸਾਰੇ ਹੀ ਜੋ ਲੋਕ ਜੋ ਇੰਡੀਆ ਦੇ ਯੂਕਰੇਨ ਵਿੱਚ ਬੈਠੇ ਨੇ ਉਹ ਆਪਣੇ ਸੁਰੱਖਿਅਤ ਆਪਣੇ ਦੇਸ਼ ਵਿੱਚ ਪਹੁੰਚਣ। ਅਜੀਤ ਵੈਬ ਟੀ ਵੀ, ਰਕੇਸ਼ ਸ਼ਰਮਾ, ਬੰਮਿਆਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀ ਵੀ,
तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज, पंजाब दी आवाज अजीत।